ਅਤੇ ਮੈਂ ਅੱਗੇ ਅਗਲੇ ਸਾਡੇ ਕਵੀ ਕਵੀ ਸਾਡੀ ਪਾਕਿਸਤਾਨ 'ਚੋਂ ਹੀ ਸਾਨੀਆ ਸ਼ੇਖ ਜੀ, ਇਹਨਾਂ ਨੂੰ ਕਹਾਂਗਾ ਕਿ ਆਪਣੀ ਨਜ਼ਮ ਜਾਂ ਗਜ਼ਲ ਸੁਣਾਉਣ। ਮੈਂ ਇਸ ਖਾਸ ਮੌਕੇ 'ਤੇ ਸਭ ਨੂੰ ਮੁਬਾਰਕ ਪੇਸ਼ ਕਰਨੀ ਹਾਂ ਔਰ ਸਭ ਵੱਡਿਆਂ ਦੀ ਇਜਾਜ਼ਤ ਨਾਲ। ਮੈਂ ਇਸ ਕਾਬਿਲ ਤਾਂ ਨਹੀਂ ਕਿ ਮੈਂ ਇੱਥੇ ਬੈਠਾ ਵੀ ਹਾਂ, ਮੇਰੇ ਲਈ ਬੜੀ ਮਾਣ ਦੀ ਗੱਲ ਹੈ ਔਰ ਮੈਂ ਜੋ ਵੀ ਟੁੱਟਾ ਫੁੱਟਾ ਦੋਸਤ ਔਰ ਮੈਂ ਚੂੰਕਿ ਇਸ ਮੌਕੇ ਲਈ ਕੁਛ ਐਸਾ ਲਿਖਿਆ ਨਹੀਂ ਹੋਇਆ, ਇੱਕ ਬੋਲੀ ਮੈਂ ਇੱਥੇ ਬੈਠੇ ਹੋਣੇ ਦੋ ਬੰਦਿਆਂ ਦੇ ਪੜ੍ਹਦੇ ਹਾਂ ਕੋਸ਼ਿਸ਼ ਕੀਤੀ ਹੈ। ਸਾਡੇ ਧੜਕਦੇ ਦਿਲ ਨੇ ਸਾਂਝੇ, ਸਾਡੇ ਧੜਕਦੇ ਦਿਲ ਨੇ ਸਾਂਝੇ ਅਤੇ ਜਿੰਨੀ ਚਾਹੇ ਵੰਡ ਕਰ ਲਓ। ਔਰ ਮੈਂ ਤਰਨੁਮ ਦੋ ਚਾਰ ਸ਼ੇਰ ਪੇਸ਼ ਕਰਨਾ ਚਾਹੂੰ। ਵੇ ਮੈਂ ਪਹਿਰੀ ਪਾਲੇ ਕੁੰਗਰੂ, ਵੇ ਮੈਂ ਪਹਿਰੀ ਪਾਲੇ ਕੁੰਗਰੂ, ਜਪੇ ਰੋਮ ਰੋਮ ਤੇਰਾ ਨਾਮ, ਮੈਨੂੰ ਇਸ਼ਕ ਦੀ ਤਾਲ ਨਚਾਲਿਆ, ਮੈਨੂੰ ਇਸ਼ਕ ਦੀ ਤਾਲ ਨਚਾਲਿਆ, ਮੇਰਾ ਕਮਲੀ ਰੱਖ ਦੇ ਨਾ, ਮੇਰਾ ਪਨ ਦਿਓ ਕਲਬੂਤਨੀ, ਮੇਰਾ ਪਨ ਦਿਓ ਕਲਬੂਤਨੀ, ਮੈਂ ਮਾਹੀ ਵੱਲ ਨਸ ਜਾਂ, ਕੋਈ ਹੂਕ ਕਾਲ ਜਾ ਚੀਰ ਦੀ, ਕੋਈ ਹੂਕ ਕਾਲ ਜਾ ਚੀਰ ਦੀ, ਕੋਈ ਤਾਂਗ ਮਾਰ ਦੀ ਥਾਂ, ਨੀ ਮੈਂ ਅੱਖ ਦਾ ਦਾਰੂ ਪੀ ਲਿਆ, ਨੀ ਮੈਂ ਅੱਖ ਦਾ ਦਾਰੂ ਪੀ ਲਿਆ, ਸਹੀਓ ਲੋੜ ਤਵੀ ਬਣਾ, ਵੇ ਮੈਂ ਪੈਰੀ ਪਾਲੇ ਕੁੰਗਰੂ, ਜਪੇ ਰੋਮ ਰੋਮ ਤੇਰਾ ਨਾਮ। ਬਹੁਤ ਸ਼ੁਕਰੀਆ।